ਅਚੇਸਰ نیوز ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ ਮੈਂ ਹਾਂ ਸ਼ੀਤਾ ਠਾਕੁਰ ਆਓ ਸਭ ਤੋਂ ਪਹਿਲਾਂ ਚਾਤ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਲਿੰਕਰ ਨੇ ਬਲਾਵਲ ਦੇ ਨਾਲ ਅਫਗਾਨਿਸਤਾਨ ਤੇ ਕੀਤੀ ਚਰਚਾ ਅਮਰੀਕਾ ਨੇ ਰੂਸ ਤੇ ਲਗਾਈਆਂ ਨਵੀਆਂ ਪਾਬੰਦੀਆਂ ਅਮਰੀਕਾ ਦੇ ਵਿੱਚ ਗਰਭਪਾਦਾ ਅਧਿਕਾਰ ਮਿਲਣ ਤੋਂ ਬਾਅਦ ਰੋਜ਼ਗਾਰ ਦੇ ਵਿੱਚ ਔਰਤਾ ਦੀ ਗਿਣਤੀ ਦੇ ਵਿੱਚ 14% ਦਾ ਵਾਧਾ ਹੋਇਆ ਰੂਸ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਦੇ ਵਿੱਚ ਜੀ7 ਦੇਸ਼ ਤੇਲ ਦੇ ਆਯਾਤ ਤੇ ਪਾਬੰਦੀ ਜੱਜ ਤੂਲੀਆ ਤੇ ਪਾਦਰੀਵਾਲਾ ਨੇ ਸੁਪਰੀਮ ਕੋਰਟ ਦੇ ਜੱਜਾ ਦੇ ਵੱਲੋਂ ਸੌ ਚੁੱਕੀ ਬੱਗਾ ਦੇ ਪਿਤਾ ਦਾ ਦਾਵਾ ਮੇਰੇ ਪੁੱਤਰ ਤੋਂ ਡਰਦੇ ਨਹੀਂ ਕੇਜਰੀਵਾਲ ਪ੍ਰਨੀਤ ਕੌਰ ਤੇ ਰਾਜਾ ਵਿਡਿੰਗ ਦੇ ਬਿਆਨ ਤੋਂ ਬਾਅਦ ਬੱਚਿਆਂ ਬਵਾਲ ਪੀਐਲਸੀ ਦੇ ਵੱਲੋਂ ਆਈ ਤਿੱਖੀ ਪ੍ਰਤੀਕਿਰਿਆ ਸੀਐਮ ਆਨ ਨੇ ਪਾਰਟੀ ਦਾ ਵਾਅਦਾ ਪੁਗਾਇਆ ਪੀਆਰਟੀਸੀ ਡਰਾਈਵਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਹੁਕਮ ਅਕਾਲੀ ਦਲ ਦੇ ਨਾਲ ਗੱਠ ਜੋੜਨ ਨੂੰ ਲੈ ਕੇ ਪੰਜਾਬ ਪਾਜਪਾ ਪ੍ਰਧਾਨ ਦਾ ਵੱਡਾ ਬਿਆਨ ਆਇਆ ਸਾਹਮਣੇ ਘਬਰਾਹਟ ਦੀ ਵਜ੍ਹਾ ਕਰਕੇ ਦਿਵਿਆਂਗ ਬੱਚੇ ਨੂੰ ਨਹੀਂ ਜਾਣ ਦਿੱਤਾ ਜਹਾਜ਼ ਦੇ ਵਿੱਚ ਪੰਜ ਉੱਚੀਆਂ ਚੋਟੀਆਂ ਨੂੰ ਫਤਿਹ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਰਬਰਾ ਰੋਹੀ ਪ੍ਰਿਯੰਕਾ ਮੋਹਿਤੇ ਉਧਰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਲਾਵਲ ਪੁੱਟੋ ਜ਼ਰਦਾਰੀ ਦੇ ਨਾਲ ਅਫਗਾਨਿਸਤਾਨ ਦੀ ਸਥਿਤੀ ਅਤੇ ਹਾਂ ਤੱਕਵਾਦ ਨਾਲ ਲੜਨ ਦੀਆਂ ਕੋਸ਼ਿਸ਼ਾਂ ਤੇ ਗੱਲਬਾਤ ਕੀਤੀ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਸ਼੍ਰੀ ਬਲਿੰਕਨ ਨੇ ਸ਼੍ਰੀ ਜ਼ਰਦਾਰੀ ਦੇ ਨਾਲ ਫੋਨ ਤੇ ਗੱਲਬਾਤ ਦੌਰਾਨ ਅਫਗਾਨਿਸਤਾਨ ਦੇ ਵਿੱਚ ਸਥਿਰਤਾ ਤੇ ਹਾਂ ਤੱਕਵਾਦ ਦਾ ਮੁਕਾਬਲਾ ਕਰਨ ਦੇ ਲਈ ਅਮਰੀਕਾ ਪਾਕਿਸਤਾਨ ਦੀ ਵਚਨਬੱਧਤਾ ਨੂੰ ਪ੍ਰਗਟ ਕੀਤਾ ਦੋਨੋਂ ਨੇਤਾਵਾਂ ਨੇ ਵਪਾਰ ਤੇ ਨਿਵੇਸ਼ ਜਲਵਾਯੂ ਊਰਜਾ ਤੇ ਸਹਿਯੋਗ ਅਤੇ ਸਿਹਤ ਤੇ ਸਿੱਖਿਆ ਦੇ ਸੰਦਰਭ ਦੇ ਵਿੱਚ ਵੀ ਮੰਦਾ ਦੀ 75ਵੀਂ ਵਰੇਗੰਡ ਅਤੇ ਸ਼੍ਰੀ ਜ਼ਰਦਾਰੀ ਨੇ ਆਪਣੇ ਟਵੀਟ ਦੇ ਵਿੱਚ ਕਿਹਾ ਕਿ ਐਂਟਨੀ ਬਲਿੰਕਨ ਨੇ ਫੋਨ ਕੀਤਾ ਹੈ ਕਿਹਾ ਕਿ ਮੇਰੇ ਲੋਦੇ ਦੇ ਲਈ ਉਹਨਾਂ ਨੇ ਗਰਮਜੋਸ਼ੀ ਦੇ ਨਾਲ ਵਧਾਈ ਦਿੱਤੀ ਅਤੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਉਦੋਂ ਯੂਕਰੇਨ ਤੇ ਹਮਲੇ ਤੇ ਚੱਲਦੇ ਅਮਰੀਕਾ ਨੇ ਰੂਸ ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ ਪਾਬੰਦੀਆਂ ਦੇ ਤਹਿਤ ਪੱਛਮੀ ਦੇਸ਼ਾਂ ਨੂੰ ਰੂਸ ਦੇ ਤਿੰਨ ਸਭ ਤੋਂ ਵੱਡੇ ਟੈਲੀਵਿਜ਼ਨ ਸਟੇਸ਼ਨ ਨੂੰ ਇਸ਼ਤਿਹਾਰ ਦੇਣ ਤੋਂ ਰੋਕਣ ਦੇ ਨਾਲ ਨਾਲ ਅਮਰੀਕੀ ਲੇਖਕਾਰੀ ਅਤੇ ਸਲਾਹਕਾਰ ਕੰਪਨੀਆਂ ਨੂੰ ਕਿਸੇ ਨੂੰ ਰੂਸੀ ਨਾਗਰਿਕ ਦੀਆਂ ਸੇਵਾਵਾਂ ਦੇਣ ਤੋਂ ਰੋਕ ਸ਼ਾਮਲ ਹੈ ਅਮਰੀਕਾ ਨੇ ਰੂਸ ਤੇ ਉਦਯੋਗਿਕ ਖੇਤਰ ਦੇ ਪਾਬੰਦੀਆਂ ਦਾ ਦਾਇਰਾ ਵਧਾਉਂਦਿਆਂ ਹੋਇਆ ਮਾਸਕੋ ਦੇ ਨਾਲ ਲੱਕੜੀ ਦੇ ਉਤਪਾਦ ਉਦਯੋਗਿਕ ਇੰਜਨ ਬੋਇਲਰ ਅਤੇ ਬੁਲਡੋਜ਼ਰਾਂ ਦੇ ਸਮੇਤ ਕਈ ਵਸਤਾਂ ਤੇ ਰੋਕ ਲਗਾ ਦਿੱਤੀ ਹੈ ਅਮਰੀਕਾ ਦਾ ਕਹਿਣਾ ਹੈ ਕਿ ਸੱਤ ਆਰ ਤਰੀਕੇ ਦੇ ਨਾਲ ਖਤਮ ਕਰਨ ਜਾਂ ਫਿਰ ਪਾਬੰਦੀਸ਼ੁਦਾ ਕਰਨ ਨੂੰ ਲੈ ਕੇ ਵਚਨਬੱਧਤਾ ਜਤਾਈ ਹੈ ਉਦਰ ਅਮਰੀਕਾ ਦੇ ਵਿੱਚ ਹੁਣ ਗਰਪਾਤ ਆਧਿਕਾਰ ਖਤਰੇ ਦੇ ਵਿੱਚ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਪਿਛਲੇ ਹਫਤੇ ਸੁਪਰੀਮ ਕੋਰਟ ਦੇ ਲੀਕ ਹੋ ਚੁੱਕੇ ਇਸ ਫੈਸਲੇ ਦੇ ਵਿੱਚ ਰੋ ਵੇਡ ਮਾਮਲੇ ਦਾ ਫੈਸਲਾ ਪਲਟ ਦਿੱਤੇ ਜਾਣ ਦਾ ਖੁਲਾਸਾ ਹੋਇਆ ਹੈ ਇਹ ਫੈਸਲਾ ਅਗਲੇ ਮਹੀਨੇ ਆ ਸਕਦਾ ਹੈ ਇਸ ਦੌਰਾਨ ਸ਼ਵਾਰਟਜ਼ ਨਿਊਯਾਰਕ ਦੇ ਬ੍ਰਾਡਵੇ ਥੀਏਟਰ ਦੇ ਵਿੱਚ ਸਹਾਇਕ ਦੇ ਤੌਰ ਤੇ ਆਪਣੇ ਕੰਮ ਦੇ ਦਿਨਾਂ ਨੂੰ ਯਾਦ ਕਰਦੇ ਦੱਸਦੀ ਹੈ ਕਿ ਉਹ ਮਾਹੌਲ ਦੀ ਜੀਵੰਤਤਾ ਨੂੰ ਭੁੱਲ ਨਹੀਂ ਪਾਉਂਦੀ 1976 ਦੇ ਵਿੱਚ ਗਰਪਾਤ ਦਾ ਫੈਸਲਾ ਲੈਣ ਤੋਂ ਬਾਅਦ ਉਹਨਾਂ ਨੇ ਕੰਮ ਦੀ ਸ਼ੁਰੂਆਤ ਕੀਤੀ 103 ਸਾਲ ਪਹਿਲਾਂ ਅਮਰੀਕੀ ਸੁਪਰੀਮ ਕੋਰਟ ਨੇ ਮਸ਼ਹੂ ਪਾਤੋਂ ਸੰਵਿਧਾਨਿਕ ਅਧਿਕਾਰ ਕੋਸ਼ਿਸ਼ ਕੀਤਾ 69 ਸਾਲ ਦੀ ਸਵਾਟਰਜ਼ ਰਿਟਾਇਰ ਹੋ ਚੁੱਕੀ ਹੈ ਤੇ ਰਿਟਾਇਰਮੈਂਟ ਦੇ ਬਾਅਦ ਉਹ ਔਰਤਾਂ ਨੂੰ ਗਰਭਪਾਤ ਕਲੀਨਿੰਗ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੀ ਹੈ ਕਈ ਕਾਨੂੰਨਾਂ ਦੇ ਕਾਰਨ ਗਰਭਪਾਤ ਦੇ ਵਿੱਚ ਮੁਸ਼ਕਲਾਂ ਕਾਰਨ ਸਵਾਟਰਜ਼ ਨੇ ਇਹ ਕੰਮ ਸ਼ੁਰੂ ਕੀਤਾ 60 ਸਾਲਾ ਜਿਨੀ ਜਿਲੇਟਸ 2016 ਦੇ ਵਿੱਚ ਇਤਿਹਾਸ ਦੇ ਪ੍ਰੋਫੈਸਰ ਦੀ ਨੌਕਰੀ ਤੋਂ ਰਿਟਾਇਰ ਹੋਈ ਸੀ ਉਹ ਵੀ ਔਰਤਾਂ ਨੂੰ ਗਰਭਪਾਤ ਕਲੀਨਿੰਗ ਤੱਕ ਪਹੁੰਚਾਉਣ ਦੀ ਮੁਹਿੰਮ ਦੇ ਨਾਲ ਜੁੜੀ ਹੋਈ ਸੀ ਕੰਮ ਅਤੇ ਮੌਕਿਆਂ ਦੇ ਮਾਮਲੇ ਦੇ ਵਿੱਚ ਸਵਾਟਰਜ਼ ਅਤੇ ਜਿਲੇਟਸ ਜਿਹੀਆਂ ਔਰਤਾਂ ਦੀ ਦੁਨੀਆ 1970 ਫੋਰਸ ਦੇ ਵਿੱਚ ਔਰਤਾ ਦੀ ਹਿੱਸੇਦਾਰੀ 1970 ਤੇ 43% ਤੋਂ ਵੱਧ ਕੇ 2019 ਦੇ ਵਿੱਚ 57.4% ਹੋ ਗਈ। ਇਹਨਾਂ ਸਾਲਾਂ ਦੇ ਵਿੱਚ ਕਈ ਹੋਰ ਕਾਰਨਾਂ ਤੋਂ ਨੌਕਰੀਆਂ ਤੇ ਹੋਰ ਕੰਮਾਂ ਦੇ ਵਿੱਚ ਔਰਤਾ ਦੀ ਗਿਣਤੀ ਵਧੀ ਪਰ ਮਹਾਰਾ ਦਾ ਇਹ ਕਹਿਣਾ ਕਿ ਗਰਭਾਧਾ ਅਧਿਕਾਰ ਸਭ ਤੋਂ ਵੱਧ ਮਹੱਤਵਪੂਰਨ ਕਾਰਨ ਹੈ। ਸਵਾਰਟਜ਼ ਦੇ ਸਮੇਤ ਕਈ ਔਰਤਾਂ ਮੰਨਦੀਆਂ ਨੇ ਕਿ ਸੁਪਰੀਮ ਕੋਰਟ ਦੇ 1973 ਦੇ ਫੈਸਲੇ ਦੇ ਕਾਰਨ ਉਹਨਾਂ ਦਾ ਕੈਰੀਅਰ ਬਣਿਆ। ਇਸ ਲਈ ਉਹ ਹੋਰ ਔਰਤਾਂ ਨੂੰ ਗਰਭਪਾਤ ਨਿਰਣਿਕਤ ਤੱਕ ਪਹੁੰਚਾਉਣ ਦੇ ਮਿਸ਼ਨ ਦੇ ਵਿੱਚ ਲੱਗੀਆਂ ਨੇ। ਜੜੀਆਂ ਬਜ਼ੁਰਗ ਔਰਤਾਂ ਮੰਨਦੀਆਂ ਨੇ ਕਿ ਗਰਭਪਾਤ ਅਧਿਕਾਰ ਕਲੀਨਿਕ ਦੇ ਵਿੱਚ ਆਉਣ ਵਾਲੀਆਂ ਔਰਤਾਂ ਨੂੰ ਆਪਣੇ ਅਨੁਭਵ ਦੱਸਦਿਆਂ ਨੇ ਵਿੱਤੀ 50 ਸਾਲਾਂ ਦੇ ਵਿੱਚ ਨਵੀਂ ਟੈਕਨੋਲੋਜੀ ਸਿੱਖਿਆ ਸਮੇ ਸਮਾਜਿਕ ਕਾਰਨਾ ਤੇ ਵਰਕ ਫੋਰਸ ਦੇ ਵਿੱਚ ਔਰਤਾਂ ਦਾਖਲ ਹੋਈਆਂ ਨੇ ਪਰ ਸਮਾਜ ਸ਼ਾਸਤਰੀ ਅਤੇ ਅਰਥ ਸ਼ਾਸਤਰੀਆਂ ਦੀ ਸੋਚ ਹੈ ਕਿ ਗਰਭਪਾਤ ਨੂੰ ਕਾਨੂੰਨੀ ਦਰਜਾ ਹਾਸਲ ਹੋਣਾ ਸਭ ਤੋਂ ਵੱਡਾ ਕਾਰਨ ਹੈ ਨਵੀਂ ਰਿਸਰਚ ਨੇ ਔਰਤਾਂ ਦੇ ਰੋਜ਼ਗਾਰ ਦੇ ਵਿੱਚ ਗਰਭਪਾਤੀ ਭੂਮਿਕਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਕੈਲੀਫੋਰਨੀਆ ਯੂਨੀਵਰਸਿਟੀ ਨੇ ਖੋਜਾਂ ਦੇ ਔਰਤਾਂ ਨੂੰ ਦੋ ਸਮੂਹਾਂ ਦੇ ਵਿੱਚ 5 ਤੱਕ ਦੀ ਸਟੱਡੀ ਕੀਤੀ ਇੱਕ ਸਮੂਹ ਗਰਭਪਾਤ ਚਾਹੁੰਦਾ ਸੀ ਤੇ ਉਸਨੇ ਕਰਾਇਆ ਵੀ ਦੂਜਾ ਸਮੂਹ ਚਾਣ ਦੀ ਆਰਥਿਕ ਸਥਿਤੀ ਉਹਨਾਂ 45% ਦੀ ਔਰਤਾਂ ਤੋਂ ਕਮਜ਼ੋਰ ਪਾਈ ਗਈ ਹੈ ਜਿਨ੍ਹਾਂ ਨੇ ਗਰਭਪਾਤ ਕਰਵਾਇਆ ਸੀ ਗਰਭਪਾਤ ਨਾ ਕਰਨ ਵਾਲੀਆਂ ਦੀ ਗਰੀਬੀ 6 ਮਹੀਨੇ ਬਾਅਦ ਵੱਧ ਗਈ ਜੇਕਰ ਰੋ ਵੇਡ ਮਾਮਲੇ ਦਾ ਫੈਸਲਾ ਪਲਟ ਦਿੱਤਾ ਜਾਂਦਾ ਹੈ ਤਾਂ ਅਮਰੀਕਾ ਦੇ ਵਿੱਚ ਔਰਤਾਂ ਨੂੰ ਰਾਜਾ ਦੇ ਕਾਨੂੰਨਾਂ ਦੇ ਨਾਲ ਜੂੰਣ ਜਾ ਪਵੇਗਾ ਫੈਸਲੇ ਤੋਂ ਬਾਅਦ 13 ਰਾਜ ਗਰਭਪਾਤ ਤੇ ਤੁਰੰਤ ਜਾਂ ਫਿਰ ਜਲਦ ਬੰਦੀ ਲਗਾ ਸਕਦੇ ਨੇ ਉਦਰ ਵਿਕਸਿਤ ਅਰਥਵਿਵਸਥਾ ਵਾਲੇ ਜੀ7 ਦੇਸ਼ਾਂ ਦੇ ਨੇਤਾਵਾਂ ਨੂੰ ਰੂਸ ਤੋਂ ਤੇਲ ਦੇ ਆਯਾਤ ਨੂੰ ਪੜਾਵਾਰ ਤਰੀਕੇ ਦੇ ਨਾਲ ਰੋਕਣ ਦਾ ਐਤਵਾਰ ਨੂੰ ਸੰਕਲਪ ਲਿਆ ਸਮੂਹ ਦੇ ਨੇਤਾਵਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਿਲੰਦਿਰ ਜ਼ੇਲੈਂਸਕੀ ਦੇ ਨਾਲ ਵੀ ਗੱਲ ਕੀਤੀ ਅਤੇ ਉਹਨਾਂ ਨੂੰ ਆਪਣਾ ਸਮਰਥਨ ਦਿੱਤਾ ਨਾਜ਼ੀ ਜਰਮਨੀ ਦੇ 1945 ਦੇ ਵਿੱਚ ਆਤਮ ਸਮਰਪਣ ਦੀ ਯਾਦ ਦੇ ਵਿੱਚ ਮਨਾਏ ਜਾਣ ਵਾਲੇ ਯੂਰਪ ਵਿਜੇ ਦਿਵਸ ਤੇ ਪੱਛਮੀ ਦੇਸ਼ਾਂ ਨੇ ਇੱਕ ਜੁਟਤਾ ਦਾ ਪ੍ਰਦਰਸ਼ਨ ਕੀਤਾ ਜੀ7 ਦੇ ਵਿੱਚ ਅਮਰੀਕਾ ਬ੍ਰਿਟੇਨ ਕੈਨੇਡਾ ਜਰਮਨੀ ਫਰਾਂਸ ਇਟਲੀ ਅਤੇ ਜਾਪਾਨ ਸ਼ਾਮਲ ਨੇ ਜੀ7 ਦੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਰੂਸ ਦੇ ਤੇਲ ਦੀ ਸਪਲਾਈ ਰੋਕਣ ਦੇ ਨਾਲ ਰਾਸ਼ਟਰਪ ਉਹ ਔਜ਼ਾਰ ਨੂੰ ਤਗੜਾ ਝਟਕਾ ਲੱਗੇਗਾ ਤੇ ਯੁੱਧ ਲੜਨ ਦੇ ਲਈ ਧਨ ਖਤਮ ਹੋ ਜਾਵੇਗਾ ਜੀ 7 ਦੇ ਨੇਤਾਵਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਕਰਾਂਗੇ ਕਿ ਅਸੀਂ ਅਜਿਹੇ ਸਮੇਂ ਤੇ ਅਤੇ ਯੋਜਨਾਬੱਧ ਢੰਗ ਦੇ ਨਾਲ ਕਰੀਏ ਤੇ ਜਿਹੇ ਤਰੀਕੇ ਦੇ ਨਾਲ ਕਰੀਏ ਜੋ ਦੁਨੀਆ ਨੂੰ ਵਿਕਲਪਕ ਸਪਲਾਈ ਸੁਰੱਖਿਅਤ ਕਰਨ ਦੇ ਲਈ ਸਮਾਪਰਦਾਨ ਕਰੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਜੀ 7 ਦੇ ਨੇਤਾਵਾਂ ਤੇ ਜਲਨਸਕੀ ਦੇ ਨਾਲ ਬੈਠਕ ਕਰੀਬ 1 ਘੰਟੇ ਤੱਕ ਚੱਲੀ ਅਮਰੀਕਾ ਨੇ ਯੂਕਰੇਨ ਤੇ ਹਮਲੇ ਦੇ ਲਈ ਰੂਸ ਦੇ ਖਿਲਾਫ ਨਵੀਆਂ ਪਾਬੰਦੀਆਂ ਦਾ ਵੀ ਐਲਾਨ ਕੀਤਾ ਨਵੀਆਂ ਪਾਬੰਦੀਆਂ ਦੇ ਤਹਿਤ ਰੂਸ ਦੇ ਤਿੰਨ ਸਭ ਤੋਂ ਵੱਡੇ ਟੈਲੀਵਿਜ਼ਨ ਪਰਨ ਰੋਕਣਾ ਅਮਰੀਕੀ ਵਿਦੇਸ਼ਤਾ ਸਲਾਹਕਾਰ ਫਰਮ ਨੂੰ ਕਿਸੇ ਵੀ ਰੂਸੀ ਨੂੰ ਸੇਵਾਵਾਂ ਪ੍ਰਦਾਨ ਕਰਨ ਤੋਂ ਪਾਬੰਦੀ ਲਗਾਉਣਾ ਅਤੇ ਰੂਸ ਦੇ ਉਦਯੋਗਿਕ ਖੇਤਰ ਤੇ ਵਾਧੂ ਪਾਬੰਦੀਆਂ ਲਗਾਉਣਾ ਸ਼ਾਮਲ ਹੈ ਵਾਈਟ ਹਾਊਸ ਨੇ 9 ਮਈ ਦੇ ਵਿਜੇ ਦਿਵਸ ਤੋਂ ਪਹਿਲਾਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਜਦੋਂ ਕਿ ਰੂਸ ਹਨੇ 45 ਦੇ ਵਿੱਚ ਨਾਜ਼ੀ ਜਰਮਨੀ ਦੀ ਹਾਰ ਦਾ ਜਸ਼ਨ ਵਿਸ਼ਾਲ ਫੌਜੀ ਪ੍ਰਦਰਸ਼ਨ ਦੇ ਨਾਲ ਮਨਾਉਂਦਾ ਹੈ ਗੁਹਾਟੀ ਹਾਈ ਕੋਰਟ ਦੇ ਮੁੱਖ ਜੱਜ ਸੁਧਾਂਸ਼ੂ ਧੁਲੀਆ ਅਤੇ ਗੁਜਰਾਤ ਹਾਈ ਕੋਰਟ ਦੇ ਜੱਜ ਜਮਸ਼ੇਦ ਵੀ ਪਾਦਰੀਵਾਲਾ ਨੇ ਸੋਮਵਾਰ ਨੂੰ ਉੱਥੇ ਸੁਪਰੀਮ ਕੋਰਟ ਦੇ ਜੱਜ ਦੇ ਵਜੋਂ ਸੌ ਚੁੱਕੇ ਹੈ ਪਰ ਦੇ ਚੀਫ ਜਸਟਿਸ ਐਂਡ ਵਿਰਮਨਾ ਨੇ ਸੁਪਰੀਮ ਕੋਰਟ ਦੇ ਐਡੀਸ਼ਨਲ ਪਵਨ ਕੰਪਲੈਕਸ ਦੇ ਨਵੇਂ ਬਣੇ ਆਡੀਟੋਰੀਅਮ ਦੇ ਵਿੱਚ ਇੱਕ ਸਮਾਰੋਹ ਦੇ ਦੌਰਾਨ ਜੱਜ ਤੂਲੀਆ ਅਤੇ ਜੱਜ ਪਾਦਰੀਵਾਲਾ ਨੂੰ ਆਦੇ ਦੀ ਸੌ ਚੁਕਾਈ ਜੱਜ ਤੂਲੀਆ ਅਤੇ ਜੱਜ ਪਾਦਰੀਵਾਲਾ ਦੀ ਨਿਯੁਕਤੀ ਦੇ ਨਾਲ ਹੀ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਕੁੱਲ ਗਿਣਤੀ ਮੋੜ 34 ਹੋ ਗਈ ਹੈ ਜੱਜ ਆਰ ਸੁਭਾਸ਼ ਰੈਡੀ ਦੇ ਇਸ ਸਾਲ 4 ਜਨਵ ਹੋ ਗਈ ਸੁਪਰੀਮ ਕੋਰਟ ਦੇ ਵਿੱਚ ਜੱਜਾਂ ਦੀ ਮਨਜ਼ੂਰੀ ਦੀ ਗਿਣਤੀ 34 ਹੈ ਸੁਪਰੀਮ ਕੋਰਟ ਦੇ ਮੈਂਬਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਤੋਂ ਵਾਕਫ ਸੂਤਰਾਂ ਨੇ ਦੱਸਿਆ ਕਿ ਜੱਜ ਪਾਦਰੀ ਵਾਲਾ 2 ਸਾਲ ਤੋਂ ਵੱਧ ਸਮੇਂ ਤੱਕ ਚੀਫ ਜਸਟਿਸ ਦੇ ਵਿੱਚ ਕੰਮ ਕਰਨਗੇ ਉੱਤਰਾਖੰਡ ਤੋਂ ਪ੍ਰੋਮੋਸ਼ਨ ਹੋਣ ਵਾਲੇ ਦੂਜੇ ਜਤੂਲੀਆ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਫਿਲਮ ਡਾਇਰੈਕਟਰ ਅਤੇ ਅਭਿਨੇਤਾ ਤ੍ਰਿਗਮਾਂਸ਼ੂ ਧੂਲੀਆ ਦੇ ਭਰਾ ਹਨ ਅਤੇ ਉਹਨਾਂ ਦਾ ਕਾਚਕਾ 3 ਸਾਲ ਤੋਂ ਵੀ ਥੋੜਾ ਵੱਧ ਹੋਏਗਾ ਉਧਰ ਭਾਜਪਾ ਦੇ ਦਿੱਲੀ ਕਈ ਦੇ ਨੇਤਾ ਤਜਿੰਦਰਪਾਲ ਸਿੰਘ ਬੱਗਾ ਦੇ ਖਿਲਾਫ ਪ੍ਰਿਤਪਾਲ ਸਿੰਘ ਨੇ ਦਾਵਾ ਕੀਤਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਪੁੱਤਰ ਤੋਂ ਡਰਦੇ ਨੇ ਤੇ ਪਰਿਵਾਰ ਨੂੰ ਡਰਾਉਣ ਦੇ ਲਈ ਪੰਜਾਬ ਪੁਲਿਸ ਦੀ ਵਰਤੋਂ ਕਰ ਰਹੇ ਨੇ ਬੀਤੇ ਕੁਝ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਬੱਗਾ ਦੀ ਗ੍ਰਿਫਤਾਰੀ ਤੇ ਰਿਹਾਈ ਫਿਰ ਅਗਲੇ ਦਿਨ ਮੁਹਾਲੀ ਦੀ ਇੱਕ ਅਦਾਲਤ ਦੇ ਵੱਲੋਂ ਭਾਜਪਾ ਨੇਤਾ ਦੇ ਖਿਲਾਫ ਗੈਰ ਜ਼ਮਾਨਤੀ ਗ੍ਰਿਫਤਾਰੀ ਵਾਰੰਡ ਦਾ ਜ਼ਿਕਰ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਲਈ ਬਹੁਤ ਔਖਾ ਸਮਾਂ ਹੈ ਪਰ ਉਹ ਸੱਚਾਈ ਦੇ ਲਈ ਲੜਨ ਨੂੰ ਤਿਆਰ ਨੇ ਪ੍ਰਤਪਾਲ ਸਿੰਘ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਜਿੰਦਰ ਪਾਲ ਤੋਂ ਡਰੇ ਹੋਏ ਨੇ ਇਸੇ ਤਰ੍ਹਾਂ ਹੀ ਇਹ ਪਹਿਲੀ ਘਟਨਾ ਨਹੀਂ ਹੈ ਇਹ ਸਿਲਸਲਾ ਪਿਛਲੇ 5-7 ਸਾਲਾਂ ਤੋਂ ਚੱਲ ਰਿਹਾ ਹੈ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਬੰਗਾ ਦੇ ਬਾਰੇ ਭੈੜੇ ਸੁਪਨੇ ਆਉਂਦੇ ਨੇ ਉਹਨਾਂ ਨੇ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਕੁਝ ਵੀ ਨਹੀਂ ਕਰ ਸਕਦੇ ਸਨ ਕਿਉਂਕਿ ਉਹਨਾਂ ਦੇ ਅਧੀਨ ਪੁਲਿਸ ਨਹੀਂ ਸੀ ਪਰ ਹੁਣ ਪੰਜਾਬ ਪੁਲਿਸ ਆਪ ਸਰਕਾਰ ਦੇ ਅਧੀਨ ਹੈ ਤੇ ਉਹਨਾਂ ਉਹ ਇਸ ਦਾ ਇਸਤੇਮਾਲ ਸਾਨੂੰ ਡਰਾਉਣ ਦੇ ਲਈ ਕਰ ਰਹੇ ਨੇ ਪ੍ਰਤਪਾਲ ਸਿੰਘ ਨੇ ਕਿਹਾ ਕਿ ਜੋ ਹੋ ਰਿਹਾ ਹੈ ਚੰਗੀਦਲੀ ਹੋ ਰਿਹਾ ਹੈ ਅਤੇ ਤਵਿੱਖ ਦੇ ਵਿੱਚ ਹੋਵੇਗਾ ਵੀ ਕਉ ਉਹ ਵੀ ਚੰਗੇ ਦੇ ਲਈ ਹੋਵੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਦੇ ਖਿਲਾਫ ਸ਼ਨੀਵਾਰ ਨੂੰ ਜਾਰੀ ਗੈਰ ਜ਼ਮਾਨਤੀ ਵਰੰਡ ਦੇ ਵਿੱਚ ਉਹਨਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਤੇ ਮੇਰਾ ਪੁੱਤਰ ਵਕੀਲਾ ਤੋਂ ਸਲਾਹ ਲੈ ਰਿਹਾ ਤੇ ਅਸੀਂ ਉਹਨਾਂ ਦੀ ਸਲਾਹ ਦੇ ਅਨੁਸਾਰ ਅੱਗੇ ਵਧਾਂਗੇ ਤਾਂ ਅੰਦਾਜ਼ਾ ਹੈ ਕਿ ਮੌਲੀ ਅਦਾਲਤ ਤੋਂ ਪਿਛਲੇ ਮਹੀਨੇ ਪੰਜਾਬ ਪੁਲਿਸ ਵੱਲੋਂ ਦਰਜ ਇੱਕ ਮਾਮਲੇ ਦੇ ਸਬੰਧ ਵਿੱਚ ਗ੍ਰਿਫਤਾਰੀ ਵਰੰਡ ਜਾਰੀ ਹੋਣ ਦੇ ਕੁਝ ਘੰਟਿਆਂ ਤੋਂ ਬਾਅਦ ਹੀ ਬੱਗਾ ਨੇ ਇਸ ਨੂੰ ਚੁਣੌਤੀ ਦਿੱੰਦਿਆ ਹੋਇਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਸੀ ਬੱਗਾ ਨੂੰ ਰਾਹਤ ਦਿੰਦਿਆ ਹੋਇਆ ਅਦਾਲਤ ਨੇ ਸ਼ਨੀਵਾਰ ਰਾਤ ਨੂੰ ਨਿਰਦੇਸ਼ ਦਿੱ

ਉਧਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਪਾਰਟੀ ਸੰਸਦ ਮੈਂਬਰ ਪੰਨੀਤਕੌਰ ਦੇ ਸਬੰਧਿਤ ਦਿੱਤੇ ਗਏ ਬਿਆਨ ਦਾ ਮਾਮਲਾ ਗਰਮਾਉਣ ਲੱਗਾ ਹੈ ਦਰਸਲ ਰਾਜਾ ਵੜਿੰਗ ਨੇ ਕਿਹਾ ਸੀ ਕਿ ਬਤੌਰ ਪੰਜਾਬ ਪ੍ਰਧਾਨ ਉਹ ਸਪਸ਼ਟ ਕਰਦੇ ਹਨ ਕਿ ਸੰਸਦ ਮੈਂਬਰ ਪੰਨੀਤਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ ਪੰਨੀਤਕੌਰ ਤਕਨੀਕੀ ਤੌਰ ਤੇ ਕਾਂਗਰਸ ਦੇ ਵਿੱਚ ਨੇ ਪਰ ਉਹ ਉਹ ਪਾਰਟੀ ਦੇ ਵਿੱਚ ਨਹੀਂ ਹਨ ਪੰਨੀਤਕੌਰ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਤਪਾਲ ਸਿੰਘ ਬਲਿਆਂਵਾਲ ਨੇ ਵੜਿੰਗ ਦੇ ਬਿਆਨ ਤੇ ਸਿੱਖੀ ਪ੍ਰਤੀਕਿਰਿਆ ਦਿੰਦਿਆਂ ਹੋਏ ਆ ਕਿ ਰਾਜਾ ਵੜਿੰਗ ਦੇ ਵਿੱਚ ਜੇਕਰ ਹਿੰਮਤ ਹੈ ਤਾਂ ਨਾਏ ਕਿ ਸਿਰਫ ਕਹੋ ਨਾ ਕਰਕੇ ਵਿਖਾਓ ਪਹਿਲਾਂ ਵੀ ਹਰੀਸ਼ ਚੌਧਰੀ ਨੇ ਉਹਨਾਂ ਨੂੰ ਨੋਟਿਸ ਦਿੱਤਾ ਸੀ ਪਰ ਪੰਜਾਬ ਕਾਂਗਰਸ ਕਮੇਟੀ ਉਹਨਾਂ ਨੂੰ ਨੋਟਿਸ ਦੇ ਹੀ ਨਹੀਂ ਸਕਦੀ ਬਲਿਆਵਾਲ ਨੇ ਕਿਹਾ ਕਿ ਪਨੀਤ ਕੌਰ AICC ਦੇ ਮੈਂਬਰ ਨੇ ਸੰਸਦ ਮੈਂਬਰ ਹੈ ਤੇ ਸੰਸਦੀ ਬੋਰਡ ਦੇ ਵੀ ਮੈਂਬਰ ਨੇ ਅਜੇ ਦੇ ਵਿੱਚ ਜੋ ਵੀ ਕਾਰਵਾਈ ਕਰਨੀ ਹੈ ਉਹ ਹਾਈ ਕਮਾਂਡ ਹੀ ਕਰਨੀ ਹੈ ਪਨੀਤ ਕੌਰ ਤਾਂ ਪਿਛਲੇ ਦਿਨੀ ਕਾਂਗਰਸ ਸੰਸਦੀ ਦਲ ਦੀ ਨਵੀਂ ਦਿੱਲੀ ਦੇ ਵਿੱਚ ਹੋਈ ਬੈਠਕ ਦੇ ਵਿੱਚ ਵੀ ਸ਼ਾਮਲ ਹੋਏ ਸਨ ਅਤੇ ਸੋਨੀਆ ਗਾਂਧੀ ਦੇ ਵੱਲੋਂ ਦਿੱਤੇ ਗਏ ਲੰਚ ਤੇ ਵੀ ਮੌਜੂਦ ਸਨ ਅਜੇ ਦੇ ਵਿੱਚ ਰਾਜਾ ਵੜਿੰਗ ਜਾਂ ਤਾਂ ਹਾਈ ਕਮਾਂਡ ਤੋਂ ਉੱਤੇ ਨੇ ਜਾਂ ਫਿਰ ਹਾਈ ਕਮਾਂਡ ਦੀ ਅਥਾਰਟੀ ਨੂੰ ਚੁਣੌਤੀ ਦੇ ਰਹੇ ਨੇ ਭੱਲੇਵਾਲ ਨੇ ਕਿਹਾ ਕਿ ਰਾਜਾ ਵੜਿੰਗ ਜੇਕਰ ਹੋਣ ਅਜਿਹੇ ਬਿਆਨ ਦੇ ਰਹੇ ਨੇ ਤਾਂ ਕਿ ਪਰਨੀਤ ਕੌਰ ਕਾਂਗਰਸ ਆਹਿਸਨ ਨਹੀਂ ਹਨ ਤਾਂ ਉਹ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਣ ਦਾ ਜਾਰੀ ਹੋਇਆ ਪੱਤਰ ਦਿਖਾਉਣ ਸਿਰਫ ਕੋਈ ਬਿਆਨਬਾਜ਼ੀ ਨਾ ਕਰਨ ਅਸੀਂ ਤਾਂ ਉਸਨੂੰ ਚੁਣੌਤੀ ਦਿੱਤੀ ਹੈ ਕਿ ਬਿਆਨਬਾਜ਼ੀ ਦੀ ਬਜਾਏ ਕੁਝ ਕਰਕੇ ਦਿਖਾਉਣ ਪਰਨੀਤ ਕੌਰ ਤੇ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਲਗਾ ਕੇ ਵੜਿੰਗ ਅਜਿਹੇ ਬਿਆਨ ਦੇ ਰਹੇ ਨੇ ਜਦਕਿ ਹਾਈ ਕਮਾਂਡ ਉਹਨਾਂ ਨੂੰ ਸੰਸਦੀ ਦਲ ਦੀ ਮੀਟਿੰਗ ਦੇ ਵਿੱਚ ਸੱਦ ਰਹੀ ਹੈ ਉਧਰਾ ਮਾਦਮੀ ਪਾਰਟੀ ਦੇ ਵਾਅਦੇ ਨੂੰ ਪੂਰਾ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵਿੱਤ ਵਿਭਾਗ ਨੂੰ ਮ੍ਰਿਤਕ ਪੀਆਰਟੀਸੀ ਡਰਾਈਵਰ ਮਨਜੀਤ ਸਿੰਘ ਜੋ ਕਿ ਕਰੋਨਾ ਯੋਧੇ ਸਨ ਉਹਨਾਂ ਦੇ ਪਰਿਵਾਰ ਨੂੰ ਤੁਰੰਤ 50 ਲੱਖ ਰੁਪਏ ਦਾ ਮੁਆਵਜ਼ਾ ਜਾਰੀ ਕਰਨ ਦੇ ਹੁਕਮ ਦਿੱਤੇ ਨੇ ਜ਼ਿਕਰ ਹੋ ਗਿਆ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ 26 April 2020 ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਮਨਜੀਤ ਸਿੰਘ ਦੀ ਮੌਤ ਹੋ ਜਾਣ ਤੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦਿੱਤੇ ਸਨ ਜਦਕਿ ਕੋਵਿਡ ਮਹਾਮਾਰੀ ਦੇ ਮੌਕੇ ਕੋਈ ਤਾਲਾਬੰਦੀ ਦੇ ਦੌਰਾਨ ਨੰਦੇੜ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਫਸੇ ਸਿੱਖ ਸ਼ਰਦਾਲੂਆਂ ਇਸ ਕਰਨਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੰਗ ਦੇ ਵੱਲੋਂ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਦੇ ਲਈ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਸੁੱਭਾ ਪਧਰੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਜ਼ਿਕਰਯੋਗ ਹੈ ਕਿ ਉਸ ਸਮੇਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਨੇ ਕਾਂਗਰਸ ਸਰਕਾਰ ਦੇ ਬੇਰੁਖੀ ਦੇ ਵਾਲੇ ਰਵੱਈਏ ਦਾ ਸਖਤ ਵਿਰੋਧ ਵੀ ਕੀਤਾ ਸੀ ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਬੱਡਬਰ ਦੇ ਰਹਿਣ ਵਾਲੇ 38 ਸਾਲਾ ਡਰਾਈਵਰ ਦੇ ਪਰਿਵਾਰ ਦੇ ਲਈ 50 ਲੱਖ ਰੁਪਏ ਦੀ ਮੰਗ ਵੀ ਕੀਤੀ ਸੀ ਉਦਰ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸ਼੍ਰੋਮਣੀ ਦਲ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਗੱਠ ਜੋੜ ਨਹੀਂ ਕਰੇਗੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵੱਡੇ ਇਲਜ਼ਾਮ ਨੇ ਤੇ ਭਾਰਤੀ ਜਨਤਾ ਪਾਰਟੀ ਇਹ ਇਲਜ਼ਾਮ ਨਹੀਂ ਟੋਲ ਸਕਦੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਵੇਂ ਸੰਗਰੂਰ ਦੀ ਜਿਮਨੀ ਚੋਣ ਹੋਵੇ ਜਾਂ ਫਿਰ ਨਗਰ ਨਿਗਮ ਚੋਣਾ ਪਾਰਟੀ ਨੇ ਸੰਘਨਾਠਾਤਮਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਉਹਨਾਂ ਨੇ ਇਸ ਮੌਕੇ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਵੀ ਪਿੰਿਆ। ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਾਂ ਫਿਰ ਅਰਵਿੰ ਕਰ ਸਰਕਾਰ ਜਾਗੀ ਹੁੰਦੀ ਤਾਂ ਪਟਿਆਲਾ ਹਿੰਸਾ ਨਾ ਹੁੰਦੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਨੂੰ ਅਰਾਜਕਤਾ ਵੱਲ ਲਿਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਚਰਮਾਈ ਹੋਈ ਹੈ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਦੇ ਲਈ ਬੇਹੱਦ ਜ਼ਰੂਰੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉੱਚੀ ਬੋਲਣ ਦੇ ਨਾਲ ਅਤੇ ਐਲਾਨ ਕਰਨ ਦੇ ਨਾਲ ਸੱਚ ਨਹੀਂ ਲੁਕੋਇਆ ਜਾ ਸਕਦਾ ਉਧਰ ਦੇਸ਼ ਦੇ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਕਰੋਨਾ ਦੇ 3207 ਨਵੇਂ ਮਾਮਲੇ ਆਏ ਸਾਹਮਣੇ ਭਾਰਤ ਦੇ ਵਿੱਚ ਕਰੋਨਾ ਵਾਇਰਸ ਮਾਮਲਿਆਂ ਦੇ ਵਧਣ ਦੇ ਨਾਲ سلسلہ جاری ਹੈ ਭਾਰਤ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੋਵਿਡ-19 ਦੇ 3207 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 29 ਲੋਕਾਂ ਨੇ ਦਮ ਤੋੜਿਆ ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਹੁਣ ਤੱਕ ਪੀੜਤ ਹੋ ਚੁੱਕੇ ਲੋਕਾਂ ਦੀ ਗਿਣਤੀ ਵੱਧ ਕੇ 4 ਕਰੋੜ 31 ਲੱਖ 5401 ਹੋ ਚੁੱਕੀ ਹੈ ਉੱਥੇ ਹੀ ਜੇਰੇ ਇਲਾਜ ਦੇ ਅਧੀਨ ਗਿਣਤੀ 2403 ਰਹਿ ਗਈ ਹੈ ਜੇਕਰ કુલ ਮਾਮਲਿਆਂ ਦਾ 0.05% ਹੈ ਤਾਂ ਇਸ ਤੋਂ ਪਹਿਲਾਂ 8 ਮਈ ਨੂੰ 3451 ਨਵੇਂ ਮਾਮਲੇ ਸਾਹਮਣੇ ਆਏ ਸਨ ਤੇ 40 ਲੋਕਾਂ ਦੀ ਮੌਤ ਹੋਈ ਸੀ ਉਦਰ ਇੰਡੀਗੋ ਨੇ ਇੱਕ ਦਿਵਿਆਂਗ ਬੱਚੇ ਨੂੰ ਰਾਂਚੀ ਹਵਾਈ ਅੱਡੇ ਤੇ ਜਹਾਜ਼ ਦੇ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਕਿਉਂਕਿ ਉਹ ਕਬਰਾਇਆ ਹੋਇਆ ਸੀ ਇਸ ਤੋਂ ਬਾਅਦ ਹਵਾ ਬਾਜ਼ੀ ਰੈਗੂਲੇਟਰ ਡੀਜੀਸੀਏ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ 에ਅਰਲਾਈਨ ਨੂੰ ਇੱਕ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਅਧਿਕਾਰੀਆਂ ਨੇ ਕਿਹਾ ਕਿ ਬੱਚੇ ਨੂੰ ਸ਼ਨੀਵਾਰ ਨੂੰ ਜਹਾਜ਼ ਦੇ ਵਿੱਚ ਚੜਨ ਤੋਂ ਰੋਕਣ ਤੇ ਉਸ ਦੇ ਮਾਤਾ ਪਿਤਾ ਨੇ ਵੀ ਫਲਾਈਟ ਦੇ ਵਿੱਚ ਸਵਾਰ ਨਾ ਹੋਣ ਦਾ ਫੈਸਲਾ ਕੀਤਾ ਡਾਕਟਰ ਜਨਰਲ ਆਫ ਸਿਵਲ ਐਵੀਏਸ਼ਨ ਦੇ ਮੁਖੀ ਅਰुण ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਰੈਗੂਲੇਟਰੀ ਦੇ ਇਸ ਮਾਮਲੇ ਦੇ ਵਿੱਚ ਇੰਡੀਗੋ ਦੀ ਰਿਪੋਰਟ ਮੰਗੀ ਗਈ ਹੈ ਉਹਨਾਂ ਨੇ ਕਿਹਾ ਕਿ DGCA ਇਸ ਘਟਨਾ ਦੀ ਜਾਂਚ ਕਰ ਰਿਹਾ ਤੇ ਉਹ ਉਚਿਤ ਕਾਰਵਾਈ ਕਰੇਗਾ ਘਟਨਾ ਦੇ ਬਾਰੇ ਪੁੱਛੇ ਜਾਣ ਤੇ ਇੰਡੀਗੋ ਨੇ ਕਿਹਾ ਕਿ ਇੱਕ ਦਿਵਿਆਗ ਬੱਚਾ 7 ਮਈ ਨੂੰ ਆਪਣੇ ਪਰਿਵਾਰ ਦੇ ਨਾਲ ਉਡਾਨ ਦੇ ਵਿੱਚ ਸਵਾਰ ਨਹੀਂ ਹੋ ਸਕਿਆ ਕਿਉਂਕਿ ਉਹ ਖਬਰਾਇਆ ਹੋਇਆ ਸੀ ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਆਖਰੀ ਸਮੇਂ ਤੱਕ ਉਸਦੇ ਸਾਥ ਹੋਣ ਦੀ ਉਡੀਕ ਕੀਤੀ ਗਈ ਪਰ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ 에어ਲਾਈਨ ਨੇ ਉਹਨਾਂ ਨੂੰ ਹੋਟਲ ਦੇ ਵਿੱਚ ਠਹਿਰਨ ਦੀ ਸਹੂਲਤ ਦਿੱਤੀ ਅਤੇ ਉਹਨਾਂ ਨੇ ਅਗਲੀ ਸਵੇਰ ਆਪਣੇ ਮੰਜ਼ਿਲ ਦੇ ਲਈ ਉਡਾਨ ਭਰੀ ਇੰਡੀਗੋ ਨੇ ਕਿਹਾ ਕਿ ਸਾਨੂੰ ਮੁਸਾਫਰਾਂ ਨੂੰ ਹੋਈ ਅਸਹੂਲਤ ਦੇ ਲਈ ਅਫਸੋਸ ਹੈ ਇੰਡੀਗੋ ਇੱਕ ਸਮਾਵੇਸ਼ੀ ਸੰਗਠਨ ਹੋਣ ਦੇ ਮਾਣ ਮਹਿਸੂਸ ਕਰਦਾ ਹੈ ਤੇ ਭਾਵੇਂ ਉਹ ਮੁਲਾਜ਼ਮਤ ਲਈ ਹੋਵੇ ਜਾਂ ਫਿਰ ਉਹਨਾਂ ਦੇ ਗਾਕਾ ਦੇ ਲਈ ਤੇ 75000 ਤੋਂ ਜ਼ਿਆਦਾ ਦਿਵਿਆਂਗ ਮੁਸਾਫਰ ਹਰ ਮਹੀਨੇ ਇੰਡੀਗੋ ਦੇ ਨਾਲ ਉਡਾਣ ਭਰਦੇ ਨੇ ਉਧਰ ਸ਼ੁਕਰਵਾਰ ਦੀ ਸਵੇਰ ਬਹੁਤ ਸਾਰੇ ਲੋਕਾਂ ਨੇ ਅਖਬਾਰਾਂ ਦੇ ਵਿੱਚ ਇੱਕ ਕਾਲਮ ਦੀ ਛੋਟੀ ਜਹੀ ਖਬਰ ਵੇਖੀ ਜਿਸ ਦੇ ਵਿੱਚ 25 ਸਾਲਾਂ ਪ੍ਰੇਂਕਾ ਮੋਹਿਤੋ ਦੀ ਇੱਕ ਵੱਡੀ ਉਪਲਬਧੀ ਦਾ ਜ਼ਿਕਰ ਕੀਤਾ ਗਿਆ ਪ੍ਰੇਂਕਾ ਜਿਸ ਨੇ ਦੁਨੀਆ ਨੂੰ ਅਸਮਾਨ ਦੇ ਨਾਲ ਗੱਲਾਂ ਕਰਦਿਆ ਦੁਨੀਆ ਦੇ ਵਿੱਚ ਪੰਜ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਿਹ ਕਰਨ ਦਾ ਇੱਕ ਵੱਡਾ ਕਾਰਨਾਮਾ ਕੀਤਾ 8000 ਮੀਟਰ ਤੋਂ ਵੀ ਵੱਧ ਉੱਚੀ ਇਹਨਾਂ ਪੰਜ ਚੋਟੀਆਂ 'ਤੇ ਤਿਰੰਗਾ ਲਹਿਰਾਉਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਪਰਬਤ ਤਰੋਹੀ ਬਣੀ ਹੈ ਪ੍ਰੇਂਕਾ ਜਿਸ ਨੂੰ ਸਾਲ 2020-2021 ਦੇ ਵਿੱਚ ਤਿੰਜ਼ਿੰਗ ਨੋਰਕੇ ਐਡਵੈਂਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਪ੍ਰੇਂਕਾ ਦਾ ਜਨਮ 3 ਨ ਉਹ ਮਹਾਰਾਸ਼ਟਰ ਦੀ ਸਭ ਤੋਂ ਛੋਟੀ ਪਹਾੜੀ ਚੋਟੀ ਰੋਹੀ ਹੈ ਤੇ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਉਂਟ ਐਵਰੇਸਟ ਨੂੰ ਸਰ ਕਰਨ ਵਾਲੀ ਦੇਸ਼ ਦੀ ਤੀਜੀ ਸਭ ਤੋਂ ਛੋਟੀ ਪਰਬਤ ਰੋਹੀ ਹੈ। ਉਸਨੇ 2013 ਦੇ ਵਿੱਚ ਮਾਉਂਟ ਐਵਰੇਸਟ ਦੀ ਚੋਟੀ ਨੂੰ ਵਿੱਚ ਹੋਇਆ ਸੀ ਅਤੇ 2016 ਦੇ ਵਿੱਚ ਤੰਜ਼ਾਨੀਆ ਦੇ ਵਿੱਚ ਅਫਰੀਕਾ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਮਾਉਂਟ ਕਿਲੀਮੰਜਾਰੋ ਨੂੰ ਫਤਿਹ ਕੀਤਾ ਸੀ। ਹਾਲਾਂਕਿ ਇਸ ਚੋਟੀ ਤੱਕ ਪਹੁੰਚਣ ਦੇ ਲਈ ਉਸ ਨੂੰ ਤੀਜੀ ਕੋਸ਼ਿਸ਼ ਦੇ ਵਿੱਚ ਸਫਲਤਾ ਮਿਲੀ। ਇਸ ਦੇ 2 ਸਾਲ ਬਾਅਦ 2018 ਦੇ ਵਿੱਚ ਪ੍ਰਿੰਕਾ ਨੇ ਸਫਲਤਾਪੂਰਵਕ ਮਾਉਂਟ ਲਹੋਸਟੇ ਦੀ ਚੜ੍ਹਾਈ ਕੀਤੀ। 2019 ਦੇ ਛੋਟੀ ਮਾਉਂਟ ਮਕਕਾਲੋ ਨੂੰ ਫਤਿਹ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਰਬਤ ਰੋਹੀ ਬਣੀ ਹੈ April 2021 ਦੇ ਵਿੱਚ ਪ੍ਰੰਕਾ ਨੇ ਦੁਨੀਆ ਦੀ 10ਵੀਂ ਸਭ ਤੋਂ ਉੱਚੀ ਚੋਟੀ ਮਾਉਂਟ ਅਨਪੂਰਨਾ ਤੇ ਕਦਮ ਰੱਖਿਆ 8000 ਤੋਂ ਉੱਚੀ ਪੰਜ ਪਹਾੜੀ ਚੋਟੀਆਂ ਤੇ ਪਹੁੰਚਣ ਦੇ ਲਈ ਇਹ ਉਸ ਦੀ ਮੁਹਿੰਮ ਦਾ ਚੌਥਾ ਪੜਾ ਸੀ ਪ੍ਰੰਕਾ ਦੇ ਭਰਾ ਆਕਾਸ਼ ਮੋਹਿਤੇ ਨੇ ਉਸ ਦੀ ਮੁਹਿੰਮ ਦੀ ਪੰਜਵੀਂ ਮੰਜ਼ਲ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੀਰਵਾਰ ਸ਼ਾਮ 4:52 ਵਜੇ ਪ੍ਰੰਕਾ ਨੇ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਕੰਚਨ ਜੰਗਾ ਤੇ ਕਦਮ ਰੱਖਿਆ ਇਸ ਦੇ ਨਾਲ ਉਹ 8000 ਤੋਂ ਵੱਧ ਉਚਾਈ ਵਾਲੀਆਂ ਪੰਜ ਚੋਟੀਆਂ ਨੂੰ ਫਤਿਹ ਕਰਨ ਦੇ ਵਿੱਚ ਕਾਮਯਾਬ ਹੋ ਗਈ ਇਸ ਦੇ ਨਾਲ ਹੀ ਖਬਰਾਂ ਦੇ ਇਸ ਬੋਲ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ ਆਪਣੇ ਦੋਸਤਾਂ ਨੂੰ ਦਿਓ ਇਜਾਜ਼ਤ ਤੇ ਨਾਲੇ ਨਾਲ ਜੁੜੇ ਰਹੋ ਐਚਐਸਐਨ ਨਿਊਜ਼ ਦੇ ਨਾਲ